ਉਹਦੇ ਪੈਸੇ ਨੱਪ ਗਿਆ, ਤੂੰ ਚੋਣ ਜਿੱਤ ਲਈ ਹੈ, ਕਰੋੜਾਂ ਰੁਪਈਆ ਨੱਪ ਗਿਆ ਉਹਦਾ, ਤੁਸੀਂ ਕੱਢਿਓ, ਜਾਂਚ ਹੋਊਗੀ ਹੁਣੇ। ਮੈਂ ਹਾਈਕਮਾਂਡ ਨੂੰ ਬੇਨਤੀ ਕਰੂੰਗਾ, ਇਹ ਗੱਲ ਜਾ ਕੇ ਦੱਸੂੰਗਾ ਵੀ ਇਹ ਹਾਈਕਮਾਂਡ ਦੇ ਨਾਂ 'ਤੇ ਪੈਸੇ ਲਿਆ। ਹਾਈਕਮਾਂਡ ਨੇ ਤਾਂ ਟਿਕਟ ਫਰੀ ਦਿੱਤੀ ਆ ਉਹਨੂੰ, ਉੱਥੋਂ ਪੈਸੇ ਨਹੀਂ ਲਏ, ਅਤੇ ਇਹਨੇ ਹਾਈਕਮਾਂਡ ਦੇ ਨਾਂ 'ਤੇ ਪੈਸੇ ਕਿਉਂ ਲੈ ਗਿਆ? ਉੱਥੋਂ ਇਹ ਵੀ ਮੈਂ ਹਾਈਕਮਾਂਡ ਨੂੰ ਪੈਸੇ ਦਿੱਤੇ ਆ। ਫਿਰ ਕੀ ਗੱਲ, ਕਹਿੰਦੇ ਹੀ ਹੁੰਦੇ ਆ ਲੋਕ, ਇਲਜ਼ਾਮਤ ਲੱਗਦੀ ਹੁੰਦੀ। ਤੂੰ ਉਹਦੇ ਪਿਓ ਨੂੰ ਸੰਸਕਾਰ ਕਰਨ ਲਈ ਮਜਬੂਰ ਕੀਤਾ, ਤੂੰ ਉਹਦੇ ਪਿਓ ਨੂੰ ਇਸ ਗੱਲ ਲਈ ਮਜਬੂਰ ਕੀਤਾ ਕਿ ਉਹਦੀ ਅੰਤਮ ਅਰਦਾਸ 'ਤੇ ਸਟੇਜ ਤੋਂ ਬੋਲੇ ਕਿ ਰਾਜਾ ਵੜਿੰਗ ਸਾਡੀ ਮਦਦ ਕਰਦਾ ਹੈ। ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ, ਔਰ ਉਸ ਬੇਬਸ ਬਾਪ ਦੇ ਦਵਾਅ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੇ ਹੈ। ਰਾਜਾ ਵੜਿੰਗ ਕਿਵੇਂ ਦੇ ਸਕਦੇ? ਕੁਝ ਦਿਨ ਪਹਿਲਾਂ ਮੋਗਾ ਤੋਂ ਕਾਂਗਰਸੀ ਆਗੂ ਕਮਲਜੀਤ ਬਰਾੜ ਨੂੰ ਕਾਂਗਰਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਮਲਜੀਤ ਬਰਾੜ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਸੀ। ਉਹਨਾਂ ਵੱਲੋਂ ਰਾਜਾ ਵੜਿੰਗ 'ਤੇ ਸਿੱਧੂ ਮੂਸੇਵਾਲਾ ਤੋਂ ਚੋਣਾਂ ਦੌਰਾਨ ਕਰੋੜਾਂ ਰੁਪਏ ਲੈਣ ਦੇ ਇਲਜ਼ਾਮ ਵੀ ਲਗਾਏ ਗਏ ਸੀ। ਹੁਣ ਇਹਨਾਂ ਇਲਜ਼ਾਮਾਂ ਬਾਰੇ ਰਾਜਾ ਵੜਿੰਗ ਨੇ ਆਪਣਾ ਸਪਸ਼ਟੀਕਰਨ ਦਿੱਤਾ ਅਤੇ ਆਪਣੇ ਉੱਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਇਲਜ਼ਾਮ ਤਾਂ ਲੱਗਦੇ ਹੀ ਹੁੰਦੇ ਨੇ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਜਲਦੀ ਕਰਵਾਉਣ ਦੇ ਇਲਜ਼ਾਮ 'ਤੇ ਉਹਨਾਂ ਕਿਹਾ ਕਿ ਇਸ ਬਾਰੇ ਸਿੱਧੂ ਦੇ ਪਿਤਾ ਹੀ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ। ਵੜਿੰਗ ਸਾਹਿਬ, ਤੁਹਾਡੇ ਸਾਬਕਾ ਸਾਥੀ ਕਮਲਜੀਤ ਬਰਾੜ ਤੁਹਾਡੇ 'ਤੇ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ, ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਇਲਜ਼ਾਮ ਲਾਤਾ, ਕਹਿੰਦੇ 10 ਕਰੋੜ ਰੁਪਇਆ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੈ ਲਿਆ, 4 ਕਰੋੜ ਟਿਕਟ ਦੇ ਨਾਂ 'ਤੇ, 6 ਕਰੋੜ ਕਹਿੰਦੇ ਧਾਰਾ ਕਹਿ ਕੇ ਲੈ ਲਿਆ ਇਲੈਕਸ਼ਨ ਲੜਨ ਨੂੰ, ਕੋਈ ਉਹ ਕਹਿੰਦੇ ਕਿ ਉਹਨਾਂ ਦਾ ਸੰਸਕਾਰ ਵੀ ਤੁਸੀਂ ਸਰਕਾਰ ਨਾਲ ਡੀਲ ਕਰਕੇ ਜਲਦੀ ਕਰਵਾਇਆ, ਕੋਈ ਫਿਰ ਕੀ ਗੱਲ, ਕਹਿੰਦੇ ਹੀ ਹੁੰਦੇ ਆ ਲੋਕ, ਇਲਜ਼ਾਮਤ ਲੱਗਦੀ ਹੁੰਦੀ। ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ, ਔਰ ਉਸ ਬੇਬਸ ਬਾਪ ਦੇ ਦਵਾਅ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੇ ਹੈ। ਰਾਜਾ ਵੜਿੰਗ ਕਿਵੇਂ ਦੇ ਸਕਦੇ? ਔਰ ਜੇ ਮੈਂ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸੂੰਗਾ ਵੀ ਲਏ? ਪਿਆਰੀ ਗੱਲ ਹੈ, ਸਿਆਣੇ ਹੋਣ ਐਵੇਂ ਕਿਹੜੀ ਗੱਲ ਮੀਡੀਆ 'ਤੇ ਕਹੋ? ਮੇਰੇ ਕਹਿਣ ਦਾ ਮਤਲਬ ਇਹਦੀ ਪੁਸ਼ਟੀ ਸਿੱਧੂ ਦੇ ਮਾਤਾ ਪਿਤਾ ਦਾ ਸੀ। ਹੁਣ ਮੈਂ ਕਹਿ ਦਿਆਂ ਕਿ ਖਬਰ ਚਲਾਉਣ ਦਾ ਨਿਊਜ਼ 18 5 ਕਰੋੜ ਰੁਪਇਆ ਲੈਂਦਾ, ਇੱਕ ਗੱਲ ਥੋੜ੍ਹੀ ਗੱਲ। ਕਮਲਜੀਤ ਬਰਾੜ ਕੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਵਿਦੇਸ਼ ਬੈਠੇ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗ੍ਰਿਫਤਾਰੀ ਦੀ ਖਬਰ ਵੀ ਆਈ ਸੀ, ਜਿਸ ਦੀ ਪੁਸ਼ਟੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਸੀ। ਇਸ ਬਾਰੇ ਵੀ ਰਾਜਾ ਵੜਿੰਗ ਵੱਲੋਂ ਭਗਵੰਤ ਮਾਨ 'ਤੇ ਸ਼ਬਦੀ ਹਮਲੇ ਕੀਤੇ ਗਏ ਨੇ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਬੈਠੇ ਭਾਰਤ ਵਿੱਚ ਲੋੜੀਂਦੇ ਵਿਅਕਤੀ ਨੂੰ ਉਹਨਾਂ ਸਮਾਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਭਾਰਤ ਸਰਕਾਰ ਲਿਖਤੀ ਰੂਪ ਵਿੱਚ ਬੇਨਤੀ ਨਹੀਂ ਕਰਦੀ। ਉਹਨਾਂ ਕਿਹਾ ਕਿ ਹੋ ਸਕਦਾ ਮੁੱਖ ਮੰਤਰੀ ਵੱਲੋਂ ਇਹ ਬਿਆਨ ਗੁਜਰਾਤ ਚੋਣਾਂ ਨੂੰ ਲੈ ਕੇ ਦਿੱਤਾ ਹੋਵੇ। ਉਹਨਾਂ ਕਿਹਾ ਕਿ ਆਪਣੀ ਗ੍ਰਿਫਤਾਰੀ ਨਾ ਹੋਣ ਦੀ ਗੱਲ ਗੋਲਡੀ ਬਰਾੜ ਵੱਲੋਂ ਵੀ ਨਿੱਜੀ ਚੈਨਲ 'ਤੇ ਆਖੀ ਗਈ ਹੈ। ਹੁਣ ਮੁੱਖ ਮੰਤਰੀ ਨੂੰ ਆਪਣੇ ਬਿਆਨਾਂ ਦਾ ਸਪਸ਼ਟੀਕਰਨ ਦੇਣਾ ਚਾਹੀਦਾ। ਸਰਕਾਰ ਪਰ ਸਵਾਲ ਉੱਠ ਰਹੇ ਹੈ, ਮਾਨ ਸਰਕਾਰ ਕੇ ਉੱਪਰ, ਔਰ ਲਗਾਤਾਰ ਖਬਰੇ ਆ ਰਹੇ ਹੈ ਕਿ ਹਿਰਾਸਤ ਮੇਂ ਨਹੀਂ ਲਿਆ ਗਿਆ ਹੈ ਗੋਲਡੀ ਬਰਾੜ ਕੋ। ਤੇ ਮੁੱਖ ਮੰਤਰੀ ਦਾਵਾ ਕਰਦੇ ਨੇ ਜੀ ਕਿ ਜਲਦੀ ਲੈ ਆਵਾਂਗੇ, ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਉਹਦੇ ਸੋ ਵੇਖੋ ਟੂ ਬੀ ਵੈਰੀ ਆਨੈਸਟ, ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਹੈ ਅਮਰੀਕਾ ਕੈਨੇਡਾ ਦੇ ਵਿੱਚ, ਤੁਸੀਂ ਵੀ ਸੁਣਿਆ ਹੋਣਾ ਕੁਝ ਜੋ ਲੋਕਾਂ ਨੇ ਉਹਨੂੰ ਵਿਸਤਾਰਪੂਰਵਕ ਦੱਸਿਆ ਕਿ ਅਗਰ ਕੋਈ ਪਹਿਲੀ ਗੱਲ ਤਾਂ ਵਿਅਕਤੀ, ਕਿਉਂਕਿ ਜਿਹੜਾ ਇੱਥੇ ਕ੍ਰਾਈਮ ਕਰ ਰਿਹਾ ਹੈ ਅਤੇ ਉੱਥੇ ਉਹਨੂੰ ਫੜਨਾ ਜਾਂ ਨਹੀਂ ਫੜਨਾ, ਮੈਨੂੰ ਲੱਗਦਾ ਇਹਦੇ 'ਤੇ ਕੁਐਸਚਨ ਮਾਰਕ ਹੈਗਾ। ਜਾਂ ਤਾਂ ਹਿੰਦੁਸਤਾਨ ਦੀ ਸਰਕਾਰ ਕੁਝ ਉਹਦੇ ਬਾਰੇ ਲਿਖ ਕੇ ਦਿੱਤਾ ਹੋਵੇ, ਹਿੰਦੁਸਤਾਨ ਦੀ ਸਰਕਾਰ ਦੇ, ਨਾ ਕਿ ਪੰਜਾਬ ਸਰਕਾਰ ਦੇ, ਗਵਰਨਮੈਂਟ ਆਫ ਪੰਜਾਬ ਨੂੰ। ਮੈਨੂੰ ਲੱਗਦਾ ਨਹੀਂ ਕਿ ਯੂਨਾਈਟਿਡ ਸਟੇਟ ਜਾਂ ਕੋਈ ਵੀ ਜਿਹੜਾ ਸਰਕਾਰ ਹੈ, ਦੇਸ਼ ਹੈ, ਉਹ ਜਵਾਬਦੇਹ ਹੈਗਾ। ਹਾਂ, ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕੁਝ ਕਾਰਨਾਂ ਦੇ ਕਰਕੇ ਜਿਹੜੀਆਂ ਸਮਝੌਤਿਆਂ ਦੇ ਤਹਿਤ ਇਹੋ ਜਿਹੇ ਲੋਕਾਂ ਦੀ ਜੋ ਇਨਫੋਰਮੇਸ਼ਨ ਹੋ ਸਕਦਾ ਹੈ, ਹੋਮ ਮਿਨਿਸਟਰੀ ਦੁਆਰਾ, ਐਕਸਟਰਨਲ ਅਫੇਅਰ ਮਿਨਿਸਟਰੀ ਦੁਆਰਾ ਗੱਲ ਕੀਤੀ ਹੋਵੇ, ਤਾਂ ਸ਼ਾਇਦ ਕੋਈ ਕਾਰਵਾਈ ਉਸ ਵਿਅਕਤੀ 'ਤੇ ਹੋਈ ਹੋਵੇ। ਸੋ ਮੈਨੂੰ ਤਾਂ ਪਹਿਲੇ ਦਿਨ ਹੀ ਇਹ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਖਬਰ ਇਮੀਡੀਏਟਲੀ ਇੱਥੋਂ ਆਉਣੀ, ਆਈਦਰ ਇਹਦੀ ਪੁਸ਼ਟੀ ਐਕਸਟਰਨਲ ਅਫੇਅਰ ਮਿਨਿਸਟਰੀ ਕਰਦੀ, ਆਈਦਰ ਕੋਈ ਹੋਮ ਮਿਨਿਸਟਰੀ ਕਰਦੀ, ਤਦ ਇਹ ਗੱਲ ਕੋਈ ਅਥੈਂਟਿਕ ਮੰਨੀ ਜਾ ਸਕਦੀ। ਕਿਉਂ ਮੁੱਖ ਮੰਤਰੀ ਨੂੰ ਲੱਗਦਾ, ਤਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਹੀ ਪੁੱਛ ਸਕਦੇ ਹੋ ਕਿ ਤੁਸੀਂ ਇਹ ਗੱਲ ਕਿਉਂ ਕਹੀ। ਇਹਦਾ ਜਵਾਬ ਰਾਜਾ ਵੜਿੰਗ ਤਾਂ ਨਹੀਂ ਦੇ ਸਕਦਾ ਕਿ ਮੁੱਖ ਮੰਤਰੀ ਨੇ ਇਹ ਗੱਲ ਕਿਉਂ ਕਹੀ, ਕਿ ਕੁਝ ਕਿਹੜੇ ਉਹ ਕਾਰਨ ਸਨ। ਹੋ ਸਕਦਾ ਗੁਜਰਾਤ ਚੁਣਾਵ ਨੂੰ ਲੈ ਕੇ ਕਹਿ ਦੀ ਹੋਵੇ ਕਿ ਬੜਾ ਹੱਲਾ ਗੁੱਲਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ, ਲੋਕ ਉੱਥੇ ਸਵਾਲ ਕਰਦੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਗੈਂਗਸਟਰ ਜਿਹੜੇ ਦਿਨ ਦਿਹਾੜੇ ਘੁੰਮ ਰਹੇ ਨੇ, ਮਾਰ ਰਹੇ ਨੇ। ਸੋ ਹੋ ਸਕਦਾ ਇਹ ਪੋਲੀਟੀਕਲ ਸਟੰਟ ਹੋਵੇ। ਅੱਜ ਕੱਲ੍ਹ
जुमला भी बहुत चल रहे हौसला देखो मुख्यमंत्री साहब ये गल कह बंदे लत्तां कंबणियां चाहीदियां वैसे सो एक बंदा गैंगस्टर उल्टा यह कहे कि मुख्यमंत्री नूं पता ही कुछ नहीं एवें धूड़ च टट्टू दबी जांदे आ सो एडी वड्डी गल करनी मैं समझदा कि इहो जी गल झूठी भी नहीं करनी चाहिए पर उस तो बाद वख-वख मीडिया सेंटर्स ने वख-वख ओपोजिशन दे लीडर्स ने आम लोगों ने सवाल चुके कि जदों ये गल है नहीं सी तां तुसीं ये कही क्यों आ इहदे ते कोई पुष्टि करो डी जी पी साहब नूं मैं भी ट्वीट लिखिया सीएम साहब नूं लिखिया लेकिन उहदी कोई पुष्टि तां आउंदी नहीं जो जी करदा एक तरफा बयान आउंदा सो मैनूं लगदा कि बेहतर होएगा कि तुसीं रोजाना मिलते जुलते हो गलबात होंदी रहिंदी है जिहड़ी गल सो इहदी भी खबर तुसीं उहनां नूं पुष्टि कराओ कि मान साहब कारण की सीगा कि तुसीं ये बयान देता कि गोल्डी बराड़ फड़िया जां हुण दसो भी इह हुण झूठ जिहड़ी गल आ उह मीडिया ते आ रहा है भी इह हुण झूठा बंदा है उहदा फड़िया वी है।